ਗੈਂਗਸਟਰਾਂ ਵੱਲੋਂ ਸ਼ਹੀਦ ਕੀਤੇ ਏਐਸਆਈ ਦਾ ਜਗਰਾਉਂ ਵਿਖੇ ਕੀਤਾ ਗਿਆ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ। ਜਨਤਾ ਨਗਰ 'ਚ ਸੜਕ ਦੇ ਉਦਘਾਟਨ ਨੂੰ ਲੈ ਕੇ ਵਿਧਾਇਕ ਬੈਂਸ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਆਮਨੇ ਸਾਹਮਣੇ ਤਿੱਖੀ ਤਕਰਾਰ ਮਗਰੋਂ ਗਾਲੀ ਗਲੋਚ ਤੇ ਹੱਥਾਂ ਪਾਈ, ਮਾਹੌਲ ਬਣਿਆ ਤਣਾਅਪੂਰਨ। ਕੋਵਿਡ ਬਾਰੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਤੇ ਮਿਆਦ 31 ਮਈ ਤੱਕ ਵਧਾਈ, ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਵਾਏਗਾ ਪ੍ਰਸ਼ਾਸਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਰੈੱਡ ਕਰੋਸ ਸੁਸਾਇਟੀ ਦੇ ਦਫ਼ਤਰ ਵਿਖੇ ਕੀਤਾ ਕੰਸਨਟ੍ਰੇਟਰ ਬੈਂਕ ਦਾ ਉਦਘਾਟਨ। ਕੋਵਿਡ-19 ਖਿਲਾਫ ਛੇੜੀ ਜੰਗ ਲਈ ਐਨਜੀਓ ਵੱਲੋਂ ਪ੍ਰਸ਼ਾਸਨ ਨੂੰ 5 ਆਕਸੀਜਨ ਕੰਸਨਟ੍ਰੇਟਰ ਤੇ ਪੀਪੀਈ ਕਿੱਟਾਂ ਸੌਂਪੀਆਂ, ਕੌਂਸਲਰ ਮਮਤਾ ਆਸ਼ੂ ਨੇ ਕੀਤੀ ਐਨਜੀਓ ਦੇ ਉਪਰਾਲੇ ਦੀ ਸ਼ਲਾਘਾ। ਪੱਖੋਵਾਲ ਰੋਡ ਇਨਡੋਰ ਸਟੇਡੀਅਮ ਵਿਖੇ ਲੱਗਾ 18+ ਉਮਰ ਗਰੁੱਪ ਲਈ ਵੈਕਸੀਨੇਸ਼ਨ ਕੈਂਪ, 45 ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਨੇ ਲਵਾਈ ਵੈਕਸੀਨ। ਜ਼ਿਲ੍ਹਾ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਗਈ ਵਿਧਾਇਕ ਬੈਂਸ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ, ਮਾਮਲਾ ਦਰਜ ਨਾ ਹੋਇਆ ਤਾਂ ਐਲਾਨੀ ਜਾਵੇਗੀ ਅਗਲੀ ਰਣਨੀਤੀ। ਸਾਹਨੇਵਾਲ ਸਰਕਾਰੀ ਸਕੂਲ ਵਿੱਚ ਵੈਕਸੀਨੇਸ਼ਨ ਕੈਂਪ ਦੌਰਾਨ ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ। ਪੀਏਯੂ ਪੁਲਿਸ ਨੇ ਕੀਤਾ ਦਾਣਾ ਮੰਡੀ ਪ੍ਰਤਾਪ ਸਿੰਘ ਵਾਲਾ ਤੋਂ 5.5 ਕਿਲੋਗ੍ਰਾਮ ਗਾਂਜਾ ਸਮੇਤ ਇੱਕ ਦੋਸ਼ੀ ਗ੍ਰਿਫਤਾਰ। ਪਿਛਲੇ 24 ਘੰਟਿਆਂ 'ਚ 1037 ਵਿਅਕਤੀ ਕੋਰੋਨਾ ਪੋਜ਼ਿਟਿਵ ਪਾਏ ਗਏ, 29 ਮ੍ਰਿਤਕਾਂ 'ਚੋਂ 20 ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ।